ਪਹੁੰਚਿਆ 36 ਦੀ ਹੋਲੈਂਡ ਅਤੇ ਇਹਤੇ ਆਪਾਂ ਇਹ ਸਿਸਟਮ ਫਿੱਟ ਕੀਤਾ ਹੈ ਜਿਹੜਾ ਆਪਣਾ ਡਬਲ ਕਲਰ ਮਲਟੀ ਕਲਰ 12 ਇੰਚੀ ਦੋ ਸਬਵੂਫਰ ਆ 155 mm ਅਤੇ ਨਾਲ 6 ਇੰਚੀ ਦੇ ਜਿਹੜੇ ਆ 5-7 ਸਪੀਕਰ ਇਹਦੇ ਵਿੱਚ 6 ਇੰਚੀ ਵਾਲੇ ਦੋ ਦੋ ਸਾਈਡਾਂ 'ਤੇ ਆ ਦੋ ਥੱਲੇ ਆ ਇੱਕ ਸਾਹਮਣੇ ਆ ਬਾਕੀ ਫਿਟਿੰਗ ਤੁਸੀਂ ਦੇਖ ਲਓ ਵੀ ਕੋਈ ਵੀ ਇਹਦੇ 'ਚ ਵੈਲਡਿੰਗ ਵਾਲਾ ਜਗਾੜ ਨਹੀਂ ਗਾ ਸਾਰਾ ਖੁੱਲ੍ਹਦਾ ਕੱਸੀ ਦਾ ਹੀ ਕੀਤਾ ਵਾ ਕਾਫੀ ਮੋਟੀ ਜਿਹੜੀ ਹੈਗੀ ਉਹ ਫਰੇਮ ਬਣ ਕੇ ਲੱਗਿਆ ਵਾ ਮਜ਼ਬੂਤ ਆ ਪੂਰਾ ਐਲ ਬਣ ਗਈ ਆ ਥੋੜ੍ਹਾ ਜਿਹਾ ਇਹਦੇ 'ਚ ਛੱਤਰੀ ਦੀ ਜਿਵੇਂ ਢਲਾਣ ਆ ਗਾਂਹ ਨੂੰ ਉਸ ਚੀਜ਼ ਨੂੰ ਉਨਾ ਐਂਗਲ ਇਹਨੂੰ ਦਿੱਤਾ ਵਾ ਅਤੇ ਪੇਟੀ ਜਿਹੜੀ ਆ ਉਹ ਛੱਤਰੀ ਦੇ ਨਾਲ ਵੀ ਨਹੀਂ ਲੱਗਦੀ ਵੀ ਟੱਚ ਇਹ ਹੈਗੀ ਥੋੜ੍ਹੀ ਵਿੱਥ ਆ ਅਤੇ ਆਹ ਫਿਟਿੰਗ ਆ ਜੀ ਬਾਕੀ ਚਲਾ ਕੇ ਵੀ ਤੁਹਾਨੂੰ ਦਿਖਾਉਣੇ ਆਪਾਂ ਇੱਕ ਆ ਟੂਲ ਦਾ ਜ਼ਰੂਰ ਜਗਾੜ ਕੀਤਾ ਹੈ ਜਿਵੇਂ ਆਹ ਨਟ ਮਗਰ ਸੀਗੇ ਇਧਰਲੇ ਪਾਸੇ ਵੀ ਉਹਨਾਂ ਤੋਂ ਟੂਲ ਫਿੱਟ ਕੀਤਾ ਕੋਈ ਮਰਗਾੜ ਦੇ ਵਿੱਚ ਵੱਖਰਾ ਸੁਰਾਖ ਨਹੀਂ ਕੀਤਾ ਅਤੇ ਇਹਦੇ ਵਾਸਤੇ ਇੱਕ ਥੋੜ੍ਹਾ ਜਿਹਾ ਹੈਗਾ ਇਹ ਥੱਲਿਓਂ ਜ਼ਰੂਰ ਪੱਤੀ ਵੀਰ ਨੂੰ ਵੀ ਕਹਿਤਾ ਲਵਾ ਲੈਣਗੇ ਇਹਨਾਂ ਨਟਾਂ ਤੋਂ ਅਤੇ ਜੇ ਕਿਸੇ ਹੋਰ ਵੀਰ ਨੇ ਲਵਾਉਣਾ ਹੋਇਆ ਤਾਂ ਉਹ ਵੀ ਇੱਥੇ ਪੱਤੀ ਜ਼ਰੂਰ ਲਵਾ ਲਿਓ ਜਿਹੜੀ ਇਹਦੀ ਵਾਈਬ੍ਰੇਸ਼ਨ ਜਿਹੜੀ ਆ ਉਹ ਖਤਮ ਹੋ ਜੇ ਹੁਣ ਤੁਹਾਨੂੰ ਵਿਖਾਉਣੇ ਆਪਾਂ ਚਲਾ ਕੇ ਅਤੇ ਪਹਿਲਾਂ ਲਾਵਾਂਗੇ ਆਪਾਂ ਜਿਹੜਾ ਕਾਪੀਰਾਈਟ ਮਿਊਜ਼ਿਕ ਹੁੰਦਾ ਯੂਟਿਊਬ ਦਾ ਮਿਊਜ਼ਿਕ ਆ ਜਿਹਦੇ ਕਾਪੀਰਾਈਟ ਨਹੀਂ ਆਉਂਦਾ ਅਤੇ ਉਸ ਤੋਂ ਬਾਅਦ ਤੁਹਾਨੂੰ ਜੇ ਗਾਣਾ ਸੁਣਨਾ ਤਾਂ ਤੁਸੀਂ ਦੂਸਰੇ ਚੈਨਲ 'ਤੇ ਜਾ ਕੇ ਆਪਣੇ ਚਹਿਲ ਮਿਊਜ਼ਿਕ ਸੈਂਟਰ ਵਾਲੇ 'ਤੇ ਸੁਣ ਸਕਦੇ ਹਾਂ ਗਾਣੇ ਵਾਲੀ ਵੀਡੀਓ ਲਓ ਜੀ ਹੁਣ ਆਪਾਂ ਚਲਾਉਣੇ ਇਹਨੂੰ ਲਓ ਜਿਵੇਂ ਤੁਸੀਂ ਦੇਖੋ ਡਬਲ ਲਾਈਟਿੰਗ ਆ ਇਹ ਥੱਲੇ ਫਲੈਸ਼ ਲਾਈਟ ਆ